ਤੁਸੀਂ ਵੇਖ ਰਹੇ ਹੋ ਤਹਿਲਕਾ ਪੰਜਾਬ। ਤਹਿਲਕਾ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਸ੍ਰੀ ਗੁਰੂ ਰਵਿਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਰਜਿਸਟਰ ਘੁੰਮਣਾ ਦੇ ਚੇਅਰਮੈਨ ਸਰਦਾਰ ਬਲਵੀਰ ਸਿੰਘ ਜੀ ਬੈਂਸ ਕੈਨੇਡੀਅਨ, ਜੋ ਕਿ ਕੈਨੇਡਾ ਦੀ ਧਰਤੀ ਤੋਂ ਆਣ ਕੇ ਹਰ ਸਾਲ ਦੀ ਤਰ੍ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਇੰਟਰਨੈਸ਼ਨਲ ਕਬੱਡੀ ਕੱਪ ਕਰਵਾਉਂਦੇ ਹਨ, ਜੋ ਕਿ ਅੱਜ ਉਹਨਾਂ ਨੂੰ ਇੰਡੀਆ ਆਉਣ 'ਤੇ ਜਿੱਥੇ ਉਹਨਾਂ ਦਾ ਪੂਰੀ ਗਰਮ ਜੋਸ਼ੀ ਦੇ ਨਾਲ ਕਮੇਟੀ ਮੈਂਬਰਾਂ ਨੇ ਸਵਾਗਤ ਕੀਤਾ, ਉਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਉਹਨਾਂ ਨੂੰ ਜੀ ਆਇਆਂ ਆਖਿਆ। ਉੱਥੇ ਕਿ ਇੱਕ ਮੀਟਿੰਗ ਕਰਕੇ ਜਿੱਥੇ ਕਿ ਟੂਰਨਾਮੈਂਟ ਦੀ ਡੇਟਾਂ ਦਾ ਐਲਾਨ ਕੀਤਾ ਗਿਆ ਕਿ ਜੋ ਕਿ ਇਸ ਸਾਲ ਇਹ ਟੂਰਨਾਮੈਂਟ 11 ਫਰਵਰੀ ਅਤੇ 12 ਫਰਵਰੀ 2023 ਨੂੰ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਕਰਵਾਇਆ ਜਾ ਰਿਹਾ ਹੈ। ਵੀਰੋ ਰਿਪੋਰਟ, ਤਹਿਲਕਾ ਪੰਜਾਬ। ਜੈ ਗੁਰਦੇਵ, ਧੰਨ ਗੁਰਦੇਵ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ, ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸਮਰਪਿਤ, ਉਹਨਾਂ ਦੇ ਜਨਮ ਦਿਵਸ ਨੂੰ 646ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ, ਜੋ ਕਿ ਘੁੰਮਣ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ 7ਵਾਂ ਕਬੱਡੀ ਕੱਪ ਟੂਰਨਾਮੈਂਟ, ਜੋ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਡੇਟਾਂ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਬਲਵੀਰ ਸਿੰਘ ਬੈਂਸ ਜੀ, ਜੋ ਕਿ ਕੱਲ੍ਹ ਹੀ ਕੈਨੇਡਾ ਤੋਂ ਸਾਡੇ ਵਿਚਕਾਰ ਪਹੁੰਚੇ ਹਨ। ਅਸੀਂ ਪਹਿਲਾਂ ਤਾਂ ਉਹਨਾਂ ਦਾ ਇੱਥੇ ਪਹੁੰਚਣ 'ਤੇ ਬਹੁਤ ਹੀ ਵਧੀਆ ਤਰੀਕੇ ਨਾਲ ਵੈਲਕਮ, ਨਿੱਘਾ ਸਵਾਗਤ ਕਰਦੇ ਹਾਂ। ਸੋ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਵੀਰ ਪਾਲ ਸਿੰਘ ਮੇਲੀਆਣਾ ਜੀ, ਜੋ ਕਿ ਕਿਸੇ ਕਾਰਨ ਥੋੜ੍ਹਾ ਜਲਦੀ ਜਾਣਾ ਪਿਆ, ਉਹਨਾਂ ਨੂੰ ਇੱਕ ਮੀਟਿੰਗ ਸੀ ਰੱਖੀ ਹੋਈ, ਉਹ ਅਟੈਂਡ ਕਰਕੇ ਗਏ ਹੈ। ਉਹ ਸਾਡੇ ਜੋ ਵੀ ਕਮੇਟੀ ਦੇ ਸੰਬੰਧਿਤ ਸਾਡੇ ਮੈਂਬਰ ਸਹਿਬਾਨ ਹਨ, ਉਹ ਸਾਰੇ ਇੱਥੇ ਪਹੁੰਚੇ ਹੋਏ ਸਨ। ਸੋ ਅਸੀਂ ਆਪਣੇ ਜਿਹੜੀ ਪਹਿਲੀ ਮੀਟਿੰਗ ਬੈਂਸ ਸਾਹਿਬ ਦੇ ਆਉਣ ਦੇ ਸੰਬੰਧ ਵਿੱਚ ਅੱਜ ਰੱਖੀ ਸੀ। ਸੋ ਬਹੁਤ ਹੀ ਵਧੀਆ ਹੁੰਗਾਰਾ ਇਸ ਵਾਰ ਵੀ ਸਾਨੂੰ ਜੋ ਪ੍ਰਸ਼ੰਸਕਾਂ ਤੋਂ ਮਿਲ ਰਿਹਾ ਆ, ਕਿਉਂਕਿ ਫੋਨ ਕਾਲ ਆ ਰਹੇ ਆ ਵੀ ਸਾਹਿਬ ਦੱਸੋ ਸਾਨੂੰ ਕਦੋਂ ਦੀ ਡੇਟ ਰੱਖੀ ਹੋਈ ਆ। ਸੋ ਉਹਨਾਂ ਵੀਰਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ, ਅਸੀਂ 11 ਫਰਵਰੀ ਔਰ 12 ਫਰਵਰੀ ਜਿਹੜੀ ਆ ਉਹ ਕਬੱਡੀ ਕੱਪ ਟੂਰਨਾਮੈਂਟ ਸ੍ਰੀ ਰਵਿਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਘੁੰਮਣ ਵੱਲੋਂ ਜੋ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਉਸਦੀ 11 ਫਰਵਰੀ ਔਰ 12 ਫਰਵਰੀ ਨੂੰ ਜੋ ਪੰਜਾਬ ਫੈਡਰੇਸ਼ਨ ਕਲੱਬ ਦੀਆਂ ਵੱਡੇ ਪੱਧਰ 'ਤੇ ਜਿਹੜਾ ਉਹ ਸਾਡੀਆਂ ਟੀਮਾਂ ਇੱਥੇ ਪਹੁੰਚ ਰਹੀਆਂ ਹਨ, ਜੋ ਕਿ ਬਹੁਤ ਹੀ ਵਧੀਆ ਤੁਸੀਂ ਦੇਖਦੇ ਆ ਪਿਛਲੇ ਸਾਲਾਂ ਤੋਂ ਵੀ ਪ੍ਰਬੰਧ ਜਿਹੜਾ ਬਹੁਤ ਵਧੀਆ। ਪਿਛਲੇ ਸਾਲਾਂ 'ਚ ਕੁਛ ਵੀ ਊਣਤਾਈਆਂ ਰਹਿ ਗਈਆਂ ਸਨ, ਉਹ ਇਸ ਸਾਲ ਅਸੀਂ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਉਹਨਾਂ 'ਚ ਕੁਛ ਸੁਧਾਰ ਕਰਦੇ ਹੋਏ ਇਸ ਕਬੱਡੀ ਕੱਪ ਵਿੱਚ ਅਸੀਂ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਹ ਕੱਪ ਕਰਵਾ ਰਹੇ ਹਾਂ। ਅਸੀਂ ਧੰਨਵਾਦ ਕਰਦੇ ਹਾਂ ਇੰਡੀਆ ਪਹੁੰਚਣ 'ਤੇ ਸਰਦਾਰ ਬਲਵੀਰ ਸਿੰਘ ਬੈਂਸ ਜੀ ਦਾ ਔਰ ਇਹਨਾਂ ਦੇ ਪਰਿਵਾਰ ਦਾ, ਜੋ ਕਿ ਇਹਨਾਂ ਦੇ ਦਿਲ ਵਿੱਚ ਰਹਿੰਦਾ ਹੈ, ਜਿਵੇਂ ਕਰਵਾ ਕੇ ਜਾਂਦੇ ਹੀ ਹਨ, ਉਹ ਤੋਂ ਬਾਅਦ ਅਗਲੇ ਸਾਲ ਦੀ ਇਹਨਾਂ ਦੀ ਜਿਹੜੀ ਵਿਉਂਤਬੰਦੀ ਆ ਔਰ ਇਹਨਾਂ ਦੀ ਸੋਚ ਜਿਹੜੀ ਆ ਉਹ ਹਰ ਵੇਲੇ ਉਹ ਦਿਮਾਗ ਵਿੱਚ ਉਹੀ ਘੁੰਮਦਾ ਰਹਿੰਦਾ ਆ ਵੀ ਕਬੱਡੀ ਕੱਪ ਇੰਡੀਆ ਜਾ ਕੇ ਕਰਵਾਉਣਾ ਆ ਅਤੇ ਔਰ ਵਧੀਆ ਤਰੀਕੇ ਨਾਲ ਕਰਵਾਉਣਾ ਆ। ਸੋ ਮੈਂ ਇਹਨਾਂ ਵੀਰਾਂ ਦਾ ਧੰਨਵਾਦ ਕਰਦਾ, ਬੈਂਸ ਫੈਮਿਲੀ ਦਾ ਧੰਨਵਾਦ ਕਰਦਾ ਹਾਂ, ਜੋ ਇਹਨਾਂ ਨੂੰ ਬਾਹਰ ਕੈਨੇਡਾ ਵਿੱਚ ਜਾਂ ਹੋਰ ਵੀ ਇੰਟਰਨੈਸ਼ਨਲ ਲੈਵਲ 'ਤੇ ਜਿੰਨੇ ਵੀ ਵੀਰ ਸਾਡੇ ਇਹਨਾਂ ਨੂੰ ਸਪੋਰਟ ਕਰਦੇ ਹਨ ਜਾਂ ਸਾਨੂੰ ਇਸ ਸ੍ਰੀ ਗੁਰੂ ਰਵਿਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਨੂੰ ਸਪੋਰਟ ਕਰਦੇ ਹਨ, ਉਹਨਾਂ ਵੀਰਾਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ, ਕਿਉਂਕਿ ਅਸੀਂ ਉਹਨਾਂ ਨੂੰ ਇੱਕ ਵਧੀਆ ਖੇਡ ਔਰ ਆਪਣੀ ਮਿੱਟੀ ਨਾਲ ਜੋੜਨ ਦਾ ਜਿਹੜਾ ਇਹ ਬਲਵੀਰ ਬੈਂਸ ਜੀ ਉਪਰਾਲਾ ਕਰਦੇ ਹਨ, ਇਹ ਬਹੁਤ ਹੀ ਸ਼ਲਾਘਾਯੋਗ ਹੈ। ਸੋ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਜਿੱਥੇ ਸਾਡੇ ਇੰਟਰਨੈਸ਼ਨਲ ਲੈਵਲ 'ਤੇ ਜਿੰਨੇ ਵੀ ਵੀਰ ਇਸ ਕਲੱਬ ਦਾ ਸਾਡਾ ਸਹਿਯੋਗ ਕਰਦੇ ਹਨ, ਉਹਨਾਂ ਦਾ ਹੀ NRI ਵੀਰਾਂ ਦਾ ਖਾਸ ਕਰਕੇ ਉਹਨਾਂ ਦਾ ਬਹੁਤ ਹੀ ਬਹੁਤ ਧੰਨਵਾਦ ਕਰਦੇ ਹਾਂ। ਸੋ ਮੇਰੇ ਵੱਡੇ ਵੀਰ ਬਲਵੀਰ ਬੈਂਸ ਜੀ ਉਹ ਹੋਰ ਜੋ ਵੀ ਕਹਿਣਾ ਚਾਹੁੰਦੇ ਹਨ ਆਪਣੇ ਸਾਹਮਣੇ ਸਨਮੁੱਖ ਹੋਣਗੇ। ਮੇਰਾ ਜੋ ਰਿਕਾਰਡ ਕੀਤਾ ਮੇਰੇ ਭਰਾਵਾਂ ਨੇ, ਬੰਗਾ ਸਾਹਿਬ ਨੇ, ਬੈਦੀ ਸਾਹਿਬ, DIG ਸਾਹਿਬ ਅਤੇ ਵਿਜੇ ਭਾਅ ਤੇਜੀ ਜੀ, ਦਵਿੰਦਰ ਭਾਅ ਜੀ, ਧਰਮਾਵੀਰ ਪਾਲ ਸਿੰਘ ਮੇਲੀਆਣਾ ਜੀ ਅਤੇ ਸਾਡੇ ਪਾਠਕ ਬੰਗਾ ਜੀ ਉਹ ਚਲੇ ਗਏ ਨੇ, ਅਤੇ ਬੜਾ ਮਨ ਖੁਸ਼ ਹੁੰਦਾ, ਚਲੋ ਅਸੀਂ ਇਸ ਲਈ ਉਤਸ਼ਾਹ ਆਈਦਾ ਵੀ ਸਾਨੂੰ ਲੋਕ ਪਿਆਰ ਕਰਨ ਅਸੀਂ ਪੰਜਾਬ ਜਾਈਏ ਅਤੇ ਆਪਣੇ ਜਿਹੜੇ ਗੁਰੂਆਂ ਦੇ ਮਿਸ਼ਨ ਨੂੰ ਅੱਗੇ ਵਧਾਈਏ ਹੈ ਨਾ। ਅਤੇ ਬੜੀ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਵੈਲਕਮ ਕਰਦੇ ਹਾਂ ਅਤੇ ਸਾਡਾ ਹੌਸਲਾ ਵੱਧਦਾ ਵੀ ਅਸੀਂ ਉਦੋਂ ਵੀ ਵਧੀਆ ਕੰਮ ਕਰੀਏ ਹੋਰ ਅੱਗੇ। ਸੋ ਮੇਰੀ ਇੱਛਾ ਹੋਊਗੀ ਵੀ ਪੂਰੀ ਵੀ ਮੈਂ ਅੱਗੇ ਤੋਂ ਵਧੀਆ ਕੰਮ ਕਰਦਾ ਰਹੂੰਗਾ ਅਤੇ ਕਬੱਡੀ ਕੱਪ ਜਿਹੜਾ ਇਦੋਂ ਵੀ ਵਧੀਆ ਲੈਵਲ 'ਤੇ ਲਿਜਾਣ ਦੀ ਕੋਸ਼ਿਸ਼ ਕਰਾਂਗਾ
ਜਿਹੜਾ ਕਿ ਇੱਕ ਪੰਜਾਬ ਲੈਵਲ 'ਤੇ ਐਗਜਾਮਪਲ ਹੋਊਗਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਕੀ ਜੀ ਤੁਹਾਡਾ ਕੀ ਸਰ। ਐਤਕੀ ਕੀ ਨਵਾਂ ਕਰਨ ਜਾ ਰਹੇ ਵਾ? ਦੇਖੋ ਨਵੇਂ ਆ ਤਾਂ ਮੇਰੇ ਦਿਮਾਗ 'ਚ ਬਹੁਤ ਬਹੁਤ ਚੱਲ ਕੁਛ ਰਹੇ ਆ, ਆ। ਬਹੁਤ ਪਸੰਦ ਆ ਵੀ ਆਪਾਂ ਵੀ ਐਤਕੀ ਲੇਡੀਜ਼ ਆਡੀਅੰਸ ਵਾਸਤੇ ਕੋਈ ਵਧੀਆ ਫੰਕਸ਼ਨ ਕਰੀਏ, ਹੋਰ ਉਹਨਾਂ ਦੇ ਵੱਖਰੇ ਪ੍ਰਬੰਧ ਕਰੀਏ, ਜੀ ਉਹਨਾਂ ਵਾਸਤੇ ਕੋਈ ਵਧੀਆ ਲੱਕੀ ਡਰਾ ਜੋ ਵੀ ਆਪਾਂ ਕਮੇਟੀ ਕਰੂਗੀ ਫੈਸਲਾ, ਪਰ ਮੀਟਿੰਗ 'ਚ ਕਰਾਂਗੇ ਅਸੀਂ ਕੀ ਲੱਕੀ ਡਰਾ ਲੈ ਕੇ ਆਉਣੇ ਆ ਲੇਡੀ ਵਾਸਤੇ, ਔਰ ਜਿਹੜੀ ਆਡੀਅੰਸ ਜੈਂਟਸ ਵਾਸਤੇ ਕੀ ਲੈ ਕੇ ਆਉਣੇ ਹੈਗੇ ਆ, ਅਤੇ ਲੇਡੀ ਵਾਸਤੇ ਬੈਠੇ ਵੱਖਰਾ ਪ੍ਰਬੰਧ ਕਿੱਦਾਂ ਕਰਨਾ ਵਧੀਆ। ਅਤੇ ਮੈਂ ਮੰਗਾਂਗਾ ਵੀ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਹੈਗੀਆਂ ਉਹ ਮੇਰੇ ਪਿੰਡ ਦੀਆਂ ਇਲਾਕੇ ਨਗਰ ਦੀਆਂ ਜਿੰਨੀਆਂ ਵੀ ਆਉਣਗੀਆਂ, ਅਸੀਂ ਉਹਨਾਂ ਵਾਸਤੇ ਬੈਠਣ ਲਈ ਵੱਖਰਾ ਪ੍ਰਬੰਧ ਕਰਾਂਗੇ ਵਧੀਆ, ਅਤੇ ਵੱਖਰਾ ਲੰਗਰ ਸਿਸਟਮ ਕਰਾਂਗੇ ਜੀ, ਅਤੇ ਉਹਨਾਂ ਨੂੰ ਵਧੀਆ ਰਿਸਪੈਕਟ ਦੀ ਜਾਊਗੀ, ਕਿਉਂਕਿ ਅਸੀਂ ਮੋਸਟਲੀ ਕਬੱਡੀ ਕੱਪਾਂ ਦੇ ਵਿੱਚ ਸਾਰੇ ਮਰਦ ਪ੍ਰਧਾਨ ਬੰਦੇ ਹੀ ਜਾਂਦੇ ਆ, ਪਰ ਮੈਂ ਇਹ ਲਾਈਕ ਨਹੀਂ ਕਰਦਾ, ਮੈਂ ਕਹਾਂਗਾ ਵੀ ਹਰ ਲੇਡੀ ਜਿਹੜੀ ਆ ਉਹ ਔਰਤਾਂ ਧੀਆਂ ਭੈਣਾਂ ਮਾਵਾਂ ਸਾਰੀਆਂ ਉਹ ਆਪਣੇ ਬੱਚਿਆਂ ਨੂੰ ਖੇਡਦੇ ਦੇਖਣ ਆਉਣ, ਜੋ ਜਿਹੜੇ ਖੇਡਦੇ ਆ ਅਕਸਰ ਉਹ ਮਾਵਾਂ ਦੇ ਪੋਤੇ ਹੀ ਖੇਡਦੇ ਸਾਰੇ ਨਾ, ਜੀ ਅਤੇ ਉਹਨਾਂ ਦਾ ਫਰਜ਼ ਬਣਦਾ ਵੀ ਉੱਥੇ ਮਾਵਾਂ ਵੀ ਦੇਖਣ ਬੱਚਿਆਂ ਨੂੰ ਖੇਡਦਿਆਂ ਨੂੰ। ਅੱਜ ਵੀ ਅਸੀਂ ਲੇਡੀਜ਼ ਦੀ ਟੀਮਾਂ ਵੀ ਸੱਦੀਆਂ ਕੁੜੀਆਂ ਦੀਆਂ ਵਰਲਡ ਕੱਪ ਵਾਲੀਆਂ, ਅਤੇ ਉਹ ਵੀ ਆ ਰਹੀਆਂ ਹਾਂਜੀ ਸ਼ੋਅ ਮੈਚ ਦੇ ਵਿੱਚ, ਅਤੇ ਅਕਸਰ ਟੀਮਾਂ ਜਿਹੜੀਆਂ ਬੱਚੇ ਨੇ ਛੋਟੀਆਂ ਉਹ ਵੀ ਬਣਾ ਰਹੇ, ਅਤੇ ਹੋਰ ਬਹੁਤ ਬਹੁਤ ਸਾਰੇ ਅਸੀਂ ਚੀਜ਼ਾਂ ਲੈ ਕੇ ਆ ਰਹੇ ਹਾਂ, ਜਿਹਦਾ ਅਸੀਂ ਹਾਲੇ ਦੱਸ ਸਕਦੇ ਕਿਉਂਕਿ ਅਸੀਂ ਕਮੇਟੀ ਡਿਸਾਈਡ ਕਰਾਂਗੇ ਵੀ ਹੋਰ ਕੀ ਲੈ ਕੇ ਆਉਣਾ। ਜਿੱਦਾਂ ਮੇਰੇ ਕੋ ਮੈਂਬਰ ਜਿੰਨੇ ਮੇਰੇ ਦੋਸਤ ਨੇ, ਬੰਗਾ ਸਾਹਿਬ, ਪਾਲ ਸਿੰਘ ਮਿਲਿਆਣਾ ਜੀ, ਧਰਮਾ ਬਿੱਦੀ ਸਾਹਿਬ, ਪਾਲ ਬੰਗਾ ਜੀ, ਵਿਜੇ ਭਾਜੀ, ਜੋ ਡਿਸਾਈਡ ਕਰੂਗੇ ਆਪਾਂ ਉਦੋਂ ਵਧੀਆ ਕੰਮ ਕਰਾਂਗੇ। ਠੀਕ ਹੈ ਜੀ, ਬਹੁਤ ਧੰਨਵਾਦ। ਬਹੁਤ ਖੁਸ਼ੀ ਆ, ਫਸਟ ਆਫ ਆਲ ਮੈਂ ਆਪਣੇ ਬਲਵੀਰ ਸਿੰਘ ਬੈਂਸ, ਸਰਦਾਰ ਬਲਵੀਰ ਸਿੰਘ ਬੈਂਸ ਜੀ ਦਾ ਇੰਡੀਆ ਚਾਪ 'ਤੇ ਵੈਲਕਮ ਕਰਦਾ, ਇਹਨਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦਾ, ਔਰ ਨਾਲ ਹੀ ਕਬੱਡੀ ਟੂਰਨਾਮੈਂਟ ਜੋ ਕਰਵਾਉਣੇ ਜਾ ਰਹੇ ਹਾਂ ਉਹਦੀਆਂ ਵੀ ਇਨ ਐਡਵਾਂਸ ਵਧਾਈਆਂ ਦਿੰਦਾ। ਬਾਕੀ ਸਾਡੀ ਕਮੇਟੀ ਦੇ ਕਮਲ ਬੰਗਾ ਸਾਹਿਬ, ਪ੍ਰਧਾਨ ਸਾਹਿਬ, ਸਾਡੇ ਪਾਲ ਸਾਹਿਬ, ਧਰਮਾ ਬੈਂਸ ਜੀ, ਔਰ ਵਿਜੇ ਤੇਜੀ ਜੀ, ਔਰ ਸਾਡੇ ਦਵਿੰਦਰ ਸਾਹਿਬ ਜੀ, ਜਿੰਨੀ ਵੀ ਕਮੇਟੀ ਦੇ ਪਾਲ ਸਾਹਿਬ ਸਾਡੇ ਉਹ ਕਿਸੇ ਕਾਰਨ ਦੂਜੇ ਵੀ ਚੱਲ ਗਏ, ਇਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜੋ ਸਾਡੇ ਸਰਦਾਰ ਬਲਵੀਰ ਸਿੰਘ ਦੇ ਨਾਲ ਕੰਧੇ ਨਾਲ ਕੰਧਾ ਜੋੜ ਕੇ ਪੂਰੀ ਇਸ ਟੂਰਨਾਮੈਂਟ ਨੂੰ, ਪੂਰੇ ਇਸ ਫੰਕਸ਼ਨ ਨੂੰ ਕਾਮਯਾਬ ਬਣਾਉਣ 'ਤੇ ਲੱਗੇ ਆ। ਅਤੇ ਉਮੀਦ ਕਰਦਾ ਹਾਂ ਜਿੱਦਾਂ ਬੈਂਸ ਸਾਹਿਬ ਨੇ ਬੋਲਿਆ ਹੈ ਵੀ ਇਹਨਾਂ ਦੀ ਪੰਜਾਬ ਆਉਣ 'ਤੇ ਪਹਿਲੀ ਗੱਲ ਤਾਂ ਬਹੁਤ ਰੌਂਗਟੇ ਖੜ੍ਹੇ ਹੋ ਜਾਂਦੇ ਆ ਪੰਜਾਬ ਆਉਣ 'ਤੇ, ਅਤੇ ਮੈਂ ਪੰਜਾਬ ਵਾਸਤੇ ਜਾਂ ਸਾਡੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਵਾਸਤੇ ਕੁਛ ਨਾ ਕੁਛ ਕਰਨਾ ਆ, ਅਤੇ ਕਮੇਟੀ ਬਣਾਈ ਆ, ਪਿਛਲੇ 5-7 ਸਾਲਾਂ ਤੋਂ ਸਾਡਾ ਟੂਰਨਾਮੈਂਟ ਚੱਲ ਰਿਹਾ ਆ, ਇਹਨਾਂ ਦੀ ਬੜੀ ਡੈਡੀਕੇਸ਼ਨ ਆ, ਬੜੀ ਸ਼ਰਧਾ ਆ, ਅਤੇ ਮੈਂ ਇਹਨਾਂ ਦਾ ਬਹੁਤ ਤਹਿ ਦਿਲੋਂ ਇਹਨਾਂ ਦਾ ਧੰਨਵਾਦੀ ਹਾਂ, ਇਹਨਾਂ ਦੇ ਪੂਰੇ ਪਰਿਵਾਰ ਦਾ ਧੰਨਵਾਦੀ ਹਾਂ, ਅਤੇ ਇਹਨਾਂ ਨੂੰ ਪਰਮਾਤਮਾ ਕਰੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਉਮਰ 'ਚ ਰੱਖੇ, ਰਵਿਦਾਸ ਮਹਾਰਾਜ ਜੀ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਉਮਰ 'ਚ ਰੱਖਣ, ਅਤੇ ਇਸੇ ਤਰ੍ਹਾਂ ਹੀ ਮੇਲੇ ਲੱਗਦੇ ਰਹਿਣ, ਇਸੇ ਤਰ੍ਹਾਂ ਹੀ ਇਹਨਾਂ ਦੀ ਅੰਡਰ ਛਾਇਆ ਟੂਰਨਾਮੈਂਟ ਹੁੰਦੇ ਰਹਿਣ। ਇਹਦੇ ਨਾਲ ਮੈਂ ਇੱਕ ਸਪੈਸ਼ਲ ਜਿਹਾ ਹੋਰ ਬੋਲਣਾ ਚਾਹੁੰਦਾ ਵੀ ਇਹਨਾਂ ਦੀ ਇੰਨੀ ਉੱਚੀ ਸੋਚ ਆ ਵੀ ਐਜ ਏ ਕਮਾਂਡਰਸ ਇਹ ਸੋਚਦੇ ਆ ਵੀ ਜੇ ਪਿਛਲੀ ਵਾਰੀ ਕੋਈ ਗਲਤੀ ਉਹਨੂੰ ਇੰਪਰੂਵ ਕਿੱਦਾਂ ਕਰਨਾ, ਉਹਨੂੰ ਅਮੈਂਡ ਕਿੱਦਾਂ ਕਰਨਾ, ਉਹਨੂੰ ਅਸੀਂ ਕਿੱਦਾਂ ਸੁਧਾਰ ਸਕਦੇ ਹਾਂ, ਇਹਨਾਂ ਦੀ ਬੜੀ ਹੀ ਖਾਸੀਅਤ ਹੈ। ਅਤੇ ਮੈਂ ਸਰਦਾਰ ਬਲਵੀਰ ਸਿੰਘ ਦਾ ਪੰਜਾਬ ਵਿੱਚ ਆਉਣ ਦਾ, ਇੰਡੀਆ ਆਉਣ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦੀ ਹਾਂ, ਬਾਕੀ ਸਾਰੀ ਟੀਮ ਦਾ ਵੈਲਕਮ।